ਯਾਰ ਮੈਨੂੰ ਬਾਲੀਵੁੱਡ ਤੋਂ ਕੋਈ ਦਿੱਕਤ ਨਹੀਂ ਹੈ, ਪਰ ਕਦੀ ਕਦੀ ਲੱਗਦਾ ਹੈ ਬਾਲੀਵੁੱਡ ਵਾਲਿਆਂ ਨੂੰ ਸਾਡੇ ਤੋਂ ਖਾਸਾ ਦਿੱਕਤ ਹੈ। ਮਨ ਕਰਦਾ ਜਾ ਕੇ ਪੁੱਛ ਹੀ ਲਈਏ ਕਿ ਯਾਰ ਕਿਸ ਜਨਮ ਦਾ ਬਦਲਾ ਲੈ ਰਹੇ ਹੋ। ਤੁਸੀਂ ਕਹੋਗੇ ਸਿਫਰਨ ਕੀ ਹੋ ਗਿਆ, ਇੰਨੀ ਫਰਸਟ੍ਰੇਟਿਡ ਕਿਉਂ ਹੈ? ਫਰਸਟ੍ਰੇਟ ਨਾ ਹੋਵਾਂ ਤਾਂ ਹੋਰ ਕੀ ਕਰਾਂ ਯਾਰ, ਇੱਕ ਵਾਰ ਫਿਰ ਤੋਂ ਚੰਗੇ ਭਲੇ ਗਾਣੇ ਨੂੰ ਵਿਗਾੜ ਕੇ ਰੱਖ ਦਿੱਤਾ, ਔਰ ਉਹ ਵੀ ਕੋਈ ਬਹੁਤ ਪੁਰਾਣਾ ਗਾਣਾ ਨਹੀਂ, ਸਾਲ 2021 ਵਿੱਚ ਹੀ ਦਿਲਜੀਤ ਦੁਸਾਂਝ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਸੌਂਗ ਡੂ ਯੂ ਨੋ, ਜਿਹਨੂੰ ਦਰਸ਼ਕਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਸੀਗਾ। ਉਸੇ ਗਾਣੇ ਦੇ ਬਾਰੇ ਗੱਲਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਇਹਨੂੰ ਅਪਕਮਿੰਗ ਬਾਲੀਵੁੱਡ ਫਿਲਮ ਖੇਲ ਖੇਲਮੇ ਦੇ ਵਿੱਚ ਐਡ ਕੀਤਾ ਜਾਏਗਾ, ਅਤੇ ਹੋਇਆ ਵੀ ਇਹੋ। ਇਸ ਗਾਣੇ ਨੂੰ ਰੀਮੇਕ ਕਰਕੇ ਖੇਲ ਖੇਲਮੇ ਫਿਲਮ ਦੇ ਵਿੱਚ ਐਡ ਕਰ ਦਿੱਤਾ ਗਿਆ, ਜੋ ਕਿ ਅੱਜ ਹੀ ਰਿਲੀਜ਼ ਹੋਇਆ, ਵਿਚ ਮੀਨਸ ਇਟਸ ਟਾਈਮ ਟੂ ਗਿਵ ਯੂ ਗਾਈਜ਼ ਅ ਕੁਇਕ ਸੌਂਗ ਰਿਵਿਊ। ਹਾਈ ਹੈਲੋ ਸਿਮਰਨ ਦਿਸ ਸਾਈਡ, ਐਂਡ ਇੱਥੇ ਮੈਂ ਰਿਵਿਊ ਕਰਨ ਜਾ ਰਹੀ ਹਾਂ ਰੀਸੈਂਟਲੀ ਰਿਲੀਜ਼ ਹੋਏ ਸੌਂਗ ਖੇਲ ਖੇਲਮੇ ਦੇ ਵਿੱਚ, ਜੋ ਉਹ ਗਾਣਾ ਐਡ ਕੀਤਾ ਗਿਆ ਜਿਹਦਾ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀਗਾ, ਕਿਉਂਕਿ ਜਦੋਂ ਤੋਂ ਇਹ ਖਬਰਾਂ ਸਾਹਮਣੇ ਆਈਆਂ ਸੀਗੀਆਂ ਕਿ ਡੂ ਯੂ ਨੋ ਸੌਂਗ ਜਿਹਨੂੰ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦਿੱਤੀ ਹੈ, ਉਹ ਖੇਲ ਖੇਲਮੇ ਦੇ ਵਿੱਚ ਐਡ ਕੀਤਾ ਜਾ ਰਿਹਾ। ਫੈਨਸ ਬੜੇ ਜ਼ਿਆਦਾ ਐਕਸਾਈਟਡ ਸੀਗੇ ਯਾਰ, ਕਿਉਂਕਿ ਮੂਵੀ ਦੇ ਵਿੱਚ ਆਲਰੇਡੀ ਅਕਸ਼ੇ ਕੁਮਾਰ ਨਜ਼ਰ ਆ ਰਹੇ ਨੇ, ਐਮੀ ਵਿਰਕ ਨਜ਼ਰ ਆ ਰਹੇ ਨੇ, ਸੋ ਦਿਲਜੀਤ ਵੀ ਨਜ਼ਰ ਆਉਣਗੇ। ਇਸ ਚੀਜ਼ ਨੂੰ ਲੈ ਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਸੀਗੇ। ਸੋ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਦਿਲਜੀਤ ਦੋਸਾਂਝ ਇਸ ਸੌਂਗ ਦੀ ਜੋ ਵੀਡੀਓ ਹੈ ਉਹਦੇ ਵਿੱਚ ਨਜ਼ਰ ਨਹੀਂ ਆ ਰਹੇ ਹੈਗੇ, ਸਿਰਫ ਔਰ ਸਿਰਫ ਗਾਣਾ ਜਿਹੜਾ ਉਹ ਸਾਨੂੰ ਸੁਣਾਈ ਦੇ ਰਿਹਾ। ਅਤੇ ਗਾਣੇ ਨੂੰ ਜੇਕਰ ਹੁਣ ਰਿਵਿਊ ਕਰਨ ਦੀ ਗੱਲ ਆਉਂਦੀ ਹੈ, ਮਨ ਤਾਂ ਮੇਰਾ ਨਹੀਂ ਕਰ ਰਿਹਾ ਸੀਗਾ, ਫਿਰ ਮੈਂ ਕਿਹਾ ਚਲੋ ਇਹਦੇ ਬਾਰੇ ਕੁਛ ਨਾ ਕੁਛ ਜ਼ਰੂਰ ਜਾ ਕੇ ਬੋਲਣਾ ਚਾਹੀਦਾ, ਕਿਉਂਕਿ ਚੰਗਾ ਭਲਾ ਗਾਣਾ ਇਹਨਾਂ ਨੇ ਬਹੁਤ ਬੁਰੀ ਤਰੀਕੇ ਨਾਲ ਵਿਗਾੜ ਦਿੱਤਾ ਹੈ। ਜਦੋਂ ਤੁਸੀਂ ਗਾਣੇ ਨੂੰ ਸੁਣਨਾ ਸ਼ੁਰੂ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਅੱਛਾ ਯਾਰ ਥੋੜ੍ਹੀਆਂ ਥੋੜ੍ਹੀਆਂ ਲਿਰਿਕਸ ਜਿਹੜੀਆਂ ਨੇ ਉਹ ਚੇਂਜ ਨੇ, ਕੋਈ ਗੱਲ ਨਹੀਂ। ਫਿਰ ਤੁਸੀਂ ਗਾਣੇ ਨੂੰ ਹੋਰ ਸੁਣਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਗਾਣੇ ਦੀ ਬੀਟ ਜੋ ਹੈ ਉਹ ਥੋੜ੍ਹੀ ਜਿਹੀ ਚੇਂਜ ਹੈ, ਫਿਰ ਤੁਸੀਂ ਕਹਿੰਦੇ ਹੋ ਕਿ ਚਲੋ ਕੋਈ ਗੱਲ ਨਹੀਂ, ਓਕੇ ਠੀਕ ਹੈ, ਤੁਸੀਂ ਇੰਜੋਏ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ ਕਿ ਗਾਣੇ ਦੇ ਵਿੱਚ ਨਾ ਲੋਫੀ ਵਰਜ਼ਨ ਐਡ ਕਰ ਦਿੱਤਾ ਗਿਆ ਜਿਹਦੀ ਕਿ ਜ਼ਰੂਰਤ ਹੀ ਨਹੀਂ ਸੀ, ਔਰ ਉਹ ਬਹੁਤ ਬੁਰਾ ਸਾਊਂਡ ਕਰ ਰਿਹਾ ਹੈ। ਟੂ ਬੀ ਵੈਰੀ ਓਨੈਸਟ, ਗਾਣੇ ਦੀ ਜੋ ਵਾਈਬ ਸੀਗੀ ਇੱਕ ਤਰੀਕੇ ਨਾਲ ਉਸ ਲੋਫੀ ਵਰਜ਼ਨ ਨੇ ਪੂਰੀ ਤਰੀਕੇ ਨਾਲ ਖਤਮ ਕਰ ਦਿੱਤੀ ਹੈ, ਅਤੇ ਜਦੋਂ ਤੁਸੀਂ ਗਾਣਾ ਸੁਣਦੇ ਹੋ ਤੁਸੀਂ ਉਸਨੂੰ ਇੰਜੋਏ ਨਹੀਂ ਕਰ ਪਾਉਂਦੇ ਹੋ। ਜੋ ਲਿਰਿਕਸ ਕੱਟ ਕੀਤੀਆਂ ਗਈਆਂ ਨੇ ਦੈਟ ਇਜ਼ ਫਾਈਨ, ਬਟ ਜੋ ਲੋਫੀ ਵਰਜ਼ਨ ਐਡ ਕੀਤਾ ਗਿਆ ਕਿਤੇ ਨਾ ਕਿਤੇ ਉਸਨੇ ਗਾਣੇ ਦੀ ਜੋ ਓਵਰਆਲ ਵਾਈਬ ਹੈ ਉਹਨੂੰ ਕਿਲ ਕਰ ਦਿੱਤਾ ਹੈ, ਅਤੇ ਉੱਤੋਂ 'ਤੇ ਅਸੀਂ ਇਹ ਉਮੀਦ ਕਰ ਰਹੇ ਸੀਗੇ ਕਿ ਦਿਲਜੀਤ ਦੋਸਾਂਝ ਇਹਦੇ ਵਿੱਚ ਸਾਨੂੰ ਨਜ਼ਰ ਆਉਣਗੇ, ਉਹ ਵੀ ਨਜ਼ਰ ਨਹੀਂ ਆਉਂਦੇ। ਅਤੇ ਜਿੱਥੋਂ ਤੱਕ ਵੀਡੀਓ ਦੀ ਗੱਲ ਹੈ, ਜਦੋਂ ਆਪਾਂ ਵੀਡੀਓ ਨੂੰ ਦੇਖਦੇ ਹਾਂ ਤਾਂ ਇੱਦਾਂ ਲੱਗਦਾ ਹੈ ਕਿ ਵੀਡੀਓ ਜੋ ਡਾਂਸ ਸਟੈਪਸ ਨੇ ਇੱਕ ਤਰੀਕੇ ਨਾਲ, ਜੋ ਜੋ ਗਾਇਕ ਹੈ ਉਸਦੀ ਜੋ ਵਾਈਬ ਹੈ, ਅਤੇ ਨਾਲ ਦੇ ਨਾਲ ਜੋ ਆਰਟਿਸਟ ਪਰਫੋਰਮ ਕਰ ਰਹੇ ਨੇ ਉਹਨਾਂ ਦੀ ਵਾਈਬ ਆਪਸ ਦੇ ਵਿੱਚ ਮੈਚ ਹੀ ਨਹੀਂ ਹੋ ਰਹੀ ਯਾਰ, ਯਾਨੀ ਕਿ ਤੁਸੀਂ ਗਾਣੇ ਦੀ ਵੀਡੀਓ ਨੂੰ ਵੀ ਇੰਜੋਏ ਨਹੀਂ ਕਰ ਪਾਉਂਦੇ ਹੋ। ਓਵਰਆਲ ਜੇਕਰ ਮੈਂ ਗੱਲ ਕਰਾਂ, ਦਿਸ ਡਿਡ ਨੋਟ ਵਰਕਡ ਆਊਟ, ਮੈਂ ਇਹੀ ਕਹਾਂਗੀ ਕਿ ਇਹਨੂੰ ਹੋਰ ਜ਼ਿਆਦਾ ਬੈਟਰ ਕੀਤਾ ਜਾ ਸਕਦਾ ਸੀਗਾ। ਈਵਨ ਜੇਕਰ ਇਹਦੇ ਉੱਤੇ ਕੁਛ ਵੀ ਨਾ ਕੀਤਾ ਜਾਂਦਾ, ਜੇਕਰ ਇਹਦੀ ਬੀਟ ਨੂੰ ਚੇਂਜ ਨਾ ਕੀਤਾ ਜਾਂਦਾ, ਥੋੜ੍ਹਾ ਬਹੁਤਾ ਚੇਂਜ ਕਰ ਲੈਂਦੇ, ਜਿੱਦਾਂ ਕਿ ਅਸੀਂ ਦੇਖਿਆ ਹੀ ਹੈ ਕਿ ਅਕਸਰ ਜੋ ਪੁਰਾਣੇ ਪੰਜਾਬੀ ਗਾਣੇ ਪਹਿਲਾਂ ਵੀ ਐਡ ਕੀਤੇ ਗਏ ਨੇ, ਜੇਕਰ ਮੈਂ ਸੂਟ ਸੂਟ ਕਰਦਾ ਦੀ ਗੱਲ ਕਰਾਂ, ਜੋ ਗੁਰੂ ਰੰਧਾਵਾ ਨੇ ਗਾਇਆ ਸੀਗਾ, ਉਸ ਤੋਂ ਬਾਅਦ ਉਹਨੂੰ ਰੀਮੇਕ ਕਰਕੇ ਲਿਆਂਦਾ ਗਿਆ ਬਾਲੀਵੁੱਡ ਦੇ ਵਿੱਚ। ਇਸ ਤੋਂ ਇਲਾਵਾ ਕਾਲਾ ਚਸ਼ਮਾ, ਉਹਨੂੰ ਬਹੁਤ ਵਧੀਆ ਤਰੀਕੇ ਨਾਲ ਰੀਮੇਕ ਕੀਤਾ ਗਿਆ ਸੀ ਯਾਰ। ਆਪਾਂ ਬਾਲੀਵੁੱਡ ਦੇ ਪੂਰੀ ਤਰ੍ਹਾਂ ਖਿਲਾਫ ਨਹੀਂ ਹੈਗੇ, ਅਸੀਂ ਨਹੀਂ ਕਹਿ ਰਹੇ ਕਿ ਸਾਰੇ ਗਾਣੇ ਜਿਹੜੇ ਨੇ ਉਹ ਵਿਗਾੜ ਦਿੱਤੇ ਜਾਂਦੇ ਨੇ। ਕਾਲਾ ਚਸ਼ਮਾ ਵਾਜ਼ ਅ ਹਿੱਟ, ਹੁਣੇ ਹੁਣੇ ਉਸ ਗਾਣੇ ਨੂੰ ਬਿਲੀਅਨ ਵਿਊਜ਼ ਯੂਟਿਊਬ ਦੇ ਉੱਤੇ ਹੋ ਗਏ ਸੀਗੇ। ਸੋ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਸੂਟ ਸੂਟ ਕਰਦਾ ਦੀ, ਆਪਾਂ ਗੱਲ ਕੀਤੀ ਹੈ, ਕਾਲਾ ਚਸ਼ਮਾ ਹੋ ਗਿਆ, ਇਹਦੇ ਨਾਲ ਦੇ ਨਾਲ ਉਹ ਹੋ ਇਸ਼ਕ ਤੇਰਾ ਤੜਪਾਵੇ, ਉਹ ਗਾਣਾ ਜਿਹੜਾ ਰੀਮੇਕ ਕਰਕੇ ਐਡ ਕੀਤਾ ਗਿਆ ਸੀਗਾ, ਕਾਫੀ ਜ਼ਿਆਦਾ ਹਿੱਟ ਇਹ ਗਾਣੇ ਜਿਹੜੇ ਨੇ ਉਹ ਰਹੇ ਸੀਗੇ। ਸੋ ਇਹਦੇ ਨਾਲ ਹੀ ਜੇਕਰ ਆਪਾਂ ਡੂ ਯੂ ਨੋ ਦੀ ਗੱਲ ਕਰੀਏ, ਇਹਦੀ ਵੀ ਜੇਕਰ ਹਲਕੀ ਜਿਹੀ ਬੀਟ ਚੇਂਜ ਕਰਕੇ ਇਹਨੂੰ ਐਡ ਕੀਤਾ ਜਾਂਦਾ ਇਨ ਦਿਸ ਮੂਵੀ, ਸੋ ਮੈਨੂੰ ਲੱਗਦਾ ਕਿ ਉਹ ਕਾਫੀ ਜ਼ਿਆਦਾ ਵਧੀਆ ਸਾਊਂਡ ਕਰਦਾ। ਬਟ ਇਹ ਜੋ ਲੋਫੀ ਵਰਜ਼ਨ ਲਿਆ ਕੇ ਇਹਦੇ ਨਾਲ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਹਦੇ ਵਿੱਚ ਮੇਕਰਸ ਪੂਰੀ ਤਰੀਕੇ ਨਾਲ ਫੇਲ ਹੋ ਗਏ ਨੇ। ਜੇਕਰ ਮੈਂ ਟ੍ਰੇਲਰ ਦੀ ਗੱਲ ਕਰਾਂ, ਖੇਲ ਖੇਲ ਮੇ ਫਿਲਮ ਦਾ ਜੋ ਟ੍ਰੇਲਰ ਆਇਆ ਸੀਗਾ, ਉਹਦੇ ਤੋਂ ਵੀ ਮੈਂ ਕੁਝ ਬਹੁਤ ਜ਼ਿਆਦਾ ਇੰਪ੍ਰੈਸ ਨਹੀਂ ਹਾਂ ਯਾਰ, ਔਰ ਨਾ ਹੀ ਮੈਨੂੰ ਫੈਨਸ ਬਹੁਤ ਜ਼ਿਆਦਾ ਇੰਪ੍ਰੈਸਡ ਲੱਗ ਰਹੇ ਨੇ। ਈਵਨ
ਆਈ ਵਾਜ਼ ਸੋ ਡਿਸਅਪੁਆਇੰਟਡ ਵਿਦ ਅਕਸ਼ੈ ਕੁਮਾਰ ਕਿ ਟ੍ਰੇਲਰ ਕਿਸੇ ਵੀ ਤਰੀਕੇ ਨਾਲ ਹਿਟਿੰਗ ਨਹੀਂ ਲੱਗ ਰਿਹਾ ਹੈਗਾ ਯਾਰ, ਮਤਲਬ ਟ੍ਰੇਲਰ ਨੂੰ ਦੇਖ ਕੇ ਵਾਈਬ ਨਹੀਂ ਆਈ ਕਿ ਆਪਾਂ ਫਿਲਮ ਦੇਖਣ ਜਾਣੀ ਹੈ, ਔਰ ਕਿਤੇ ਨਾ ਕਿਤੇ ਇਹੋ ਜਿਹੇ ਕੋਮੈਂਟਸ ਹੀ ਸਾਨੂੰ ਟ੍ਰੇਲਰ ਦੇ ਨੀਚੇ ਦੇਖਣ ਨੂੰ ਵੀ ਮਿਲੇ ਨੇ। ਫਿਲਮ ਐਸ ਏ ਸਾਲ 15 ਅਗਸਤ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ। ਇਹਦੇ ਤੋਂ ਪਹਿਲਾਂ ਜੇਕਰ ਮੈਂ ਡੂ ਯੂ ਨੋ ਤੋਂ ਪਹਿਲਾਂ ਦੀ ਗੱਲ ਕਰਾਂ, ਹੌਲੀ ਹੌਲੀ ਗਾਣਾ ਰਿਲੀਜ਼ ਹੋਇਆ ਸੀਗਾ ਗੁਰੂ ਰੰਧਾਵਾ ਦੀ ਆਵਾਜ਼ ਵਿੱਚ, ਐਂਡ ਦੈਟ ਵਾਜ਼ ਮੱਚ ਬੈਟਰ ਦੈਨ ਡੂ ਯੂ ਨੋ। ਸੋ ਡੂ ਯੂ ਨੋ ਨੂੰ ਮੇਰੇ ਵੱਲੋਂ ਤਾਂ ਕੋਈ ਰੇਟਿੰਗ ਨਹੀਂ ਹੈ ਯਾਰ, ਫਿਰ ਵੀ ਜੇਕਰ ਕਰਨੀ ਹੈ ਤਾਂ 5 ਦੇ ਵਿੱਚੋਂ 2 ਦੀ ਰੇਟਿੰਗ ਮੈਂ ਇਹਨੂੰ ਦੇਵਾਂਗੀ ਕਿਉਂਕਿ ਗਾਣਾ ਖਰਾਬ ਕਰ ਦਿੱਤਾ ਗਿਆ। ਤੁਸੀਂ ਜੇਕਰ ਇਹ ਗਾਣਾ ਸੁਣ ਲਿਆ ਹੋਇਆ, ਤੁਹਾਡੇ ਕੀ ਥੋਟਸ ਨੇ, ਕਿ ਤੁਸੀਂ ਮੇਰੇ ਨਾਲ ਐਗਰੀ ਕਰ ਰਹੇ ਹੋ, ਤੁਹਾਨੂੰ ਇਹ ਗਾਣਾ ਪਸੰਦ ਆਇਆ ਨਹੀਂ ਪਸੰਦ ਆਇਆ, ਵਾਟ ਆਰ ਯੋਰ ਥੋਟਸ ਅਬਾਊਟ ਇਟ, ਲੈਟ ਅਸ ਨੋ ਇਨ ਦ ਕਮੈਂਟਸ।